ਹਾਂਜੀ ਅੱਜ ਇਸ ਤੁਹਾਨੂੰ ਦੱਸਾਂਗੇ ਇੱਕ ਐਪ ਬਾਰੇ ਜੋ ਕਿ ਕਿਸਾਨਾਂ ਲਈ ਹੈ ਜੀ ਸਬਜੀ ਕੌਲੀ ਫਲਾਵਰ ਫੁੱਲ ਗੋਭੀ ਕਹਿ ਦਿੰਨੇ ਇਹਨੂੰ ਸਭ ਤੋਂ ਪਹਿਲਾਂ ਆਪਾਂ ਪਲੇ ਸਟੋਰ ਤੇ ਜਾ ਕੇ ਭਰਾਂਏ ਕੌਲੀ ਫਲਾਵਰ ਡੀ ਐਸ ਐ ਇਹ ਜੀ ਫੁੱਲ ਗੋਭੀ ਦੀ ਖੇਤੀ ਬਾਰੇ ਐਪ ਚ ਫੁੱਲ ਡਿਟੇਲ ਦਿੱਤੀ ਗਈ ਹੈ ਸਾਰੀ ਜਾਣਕਾਰੀ ਤੁਹਾਨੂੰ ਮਿਲੂਗੀ ਇਹਦੇ ਵਿੱਚ ਤਾਂ ਇਹਨੂੰ ਆਪਾਂ ਇੰਸਟਾਲ ਕਰਾਂਗੇ ਸਭ ਤੋਂ ਪਹਿਲਾਂ ਫੁੱਲ ਗੋਭੀ ਤੇ ਓਪਨ ਕਰਕੇ ਜੀ ਇਹਦੀਆਂ ਦੋ ਕਿਸਮਾਂ ਆ ਗਈਆਂ ਜੀ ਆ ਦੇਖੋ ਪਹਿਲਾ ਪੂਸਾ 스ਨੋਬਾਲ ਬਾਨ ਇਹਦੇ ਬਾਹਰਲੇ ਪੱਤੇ ਉੱਪਰ ਨੂੰ ਸਿੱਧੇ ਅੰਦਰਲੇ ਪੱਤੇ ਸ਼ੁਰੂ ਵਿੱਚ ਫੁੱਲ ਨੂੰ ਟੱਕਦੇ ਹਨ ਫੁੱਲ ਗੁੰਦਵਾ ਦਰਮਿਆਨੇ ਆਕਾਰ ਦਾ ਬਰਫਵਾਂ ਚਿੱਟਾ ਹੁੰਦਾ ਜੀ 90 ਕੁਆਟਰ ਪ੍ਰਤੀ ਏਕੜ ਤੱਕ ਇਹਦਾ ਝਾੜ ਹੈ ਜੀ ਤੇ 100 ਦਿਨਾਂ ਚ ਹੀ ਤਿਆਰ ਹੋ ਜਾਂਦੀ ਹੈ ਜੀ ਪਨੀਰੀ ਲਾਉਣ ਤੋਂ ਬਾਅਦ 90 ਏਕੜ ਪੂਸਾ 스ਨੋਬਾਲ 1 1994 ਦੂਜੀ ਹੈ ਜੀ ਪੂਸਾ 스ਨੋਬਾਲ ਕੇ 1 ਇੱਕ ਇੱਕ ਹੈ ਜੀ ਇਹ ਵੀ ਲਗਭਗ 100 ਨੀ ਆ ਬਸ ਇਹਦਾ ਫਰਕ ਇਹ ਹੈ ਵੀ ਇਹ ਇੱਕ ਹਫਤਾ ਛੇਦੀ ਤਿਆਰ ਹੁੰਦੀ ਹੈ ਪੂਸਾ سنو ਬਾਲ ਇੱਕ ਨਾਲ ਕੋਈ ਜ਼ਿਆਦਾ ਫਰਕ ਨਹੀਂ ਜੀ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਹਦੀਆਂ ਨਦੀਨ ਦੀ ਨਵੀਨ ਮੁੱਖ ਸਮੇਂ ਦੀ ਫਸਲ ਵਿੱਚ ਨਦੀਨ 750 ਮਿਲੀਲੀਟਰ ਬਸਾ ਲਿਨ 45 ਸੀ ਪ੍ਰਤੀ ਏਕੜ ਪੌਦੇ ਲਾਉਣ ਤੋਂ ਪਹਿਲਾਂ ਜ਼ਮੀਨ ਵਿੱਚ ਮਿਲਾ ਕੇ ਕਾਬੂ ਹੋ ਸਕਦਾ ਜੀ ਤੇ 40 ਦਿਨਾਂ ਬਾਅਦ ਇੱਕ ਗੋਡੀ ਵੀ ਕਰਨੀ ਚਾਹੀਦੀ ਹੈ ਸਟੌਂਪ ਦੀ ਬਰਤੋਂ ਚੰਗੀ ਸੱਲ ਵਾਲੇ ਖੇਤ ਵਿੱਚ ਪੌਦੇ ਲਾਉਣ ਤੋਂ ਇੱਕ ਦਿਨ ਪਹਿਲਾਂ ਕਰਨੀ ਚਾਹੀਦੀ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਇਹਨਾਂ ਨੇ ਦਵਾਈਆਂ ਵੀ ਦੱਸੀਆਂ ਹੋਆਂ ਹੈ ਤੁਸੀਂ ਕਰ ਸਕਦੇ ਹੋ ਇਹਦੇ ਨਾਲ ਨਦੀਨਾਂ ਦੀ ਰੋਕਥਾਮ ਹੋ ਜਾਵੇਗੀ ਹੁਣ ਗੱਲ ਕਰਦੇ ਹਾਂ ਬਿਜਾਈ ਦੀ ਬਿਜਾਈ ਤੇ ਬੀਜ ਦੀ ਮਾਤਰਾ ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਵਾਸਤੇ ਅਗੇਤੀ ਫਸਲ ਅਗੇਤੀ ਫਸਲ ਦਾ ਟਾਈਮ ਹੈ ਜੀ ਜੂਨ ਤੇ ਜੁਲਾਈ ਮੁੱਖ ਫਸਲ ਮੁੱਖ ਮੌਸਮਾ ਜਿਹੜਾ ਇਹਦੀ ਫਸਲ ਦਾ ਉਹ ਅਗਸਤ ਤੋਂ ਸਤੰਬਰ ਤੱਕ ਜੀ ਤੇ ਪਛੇਤਾ ਟਾਈਮ ਆ ਜਿਹੜਾ ਫਸਲ ਲਾਉਣ ਲਈ ਉਹ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਗਿਣਿਆ ਜਾਂਦਾ ਜੀ 1 ਏਕੜ ਫੁੱਲ ਗੋਭੀ ਲਾਉਣ ਵਾਸਤੇ ਸਾਰੀਆਂ ਕਿਸਮਾਂ ਦਾ 250 ਗ੍ਰਾਮ ਬੀਜ ਬਹੁਤ ਹੈ ਅਗੇਤੀ ਫਸਲ ਲਈ 500 ਗ੍ਰਾਮ ਬੀਜ ਦੀ ਸਪਰਸ਼ ਕੀਤੀ ਜਾਂਦੀ ਹੈ ਗਰਮੀ ਹੁੰਦੀ ਹੈ ਦਾ ਕਾਰਨ ਇਹ ਹੋ ਸਕਦਾ ਵਧੇਰੇ ਤੋਂ ਤਾਂ ਬਚਾ ਲਈ ਪਨੀਰੀ ਨੂੰ ਸਰਕੰਡੇ ਦਾ ਸ਼ੌਰਾ ਕਰੋ ਪਨੀਰੀ ਨੂੰ ਸ਼ਾਮ ਵੇਲੇ ਠੰਡੀ ਬਰਤ ਵਿੱਚ ਖੇਤ ਵਿੱਚ ਪੁੱਟ ਕੇ ਲਾਓ ਤੇ ਤੁਰੰਤ ਪਾਣੀ ਦੇ ਦਿਓ ਜੀ فاਸਲਾ ਮੁੱਖ ਫਸਲੀਨ ਲਾਈਨਾਂ ਤੇ ਬੂਟਿਆਂ ਵਿਚਕਾਰ فاਸਲਾ 45x45 ਸੈਂਟੀਮੀਟਰ ਅਗੇਤੀ ਤੇ ਪਛੇਤੀ ਫਸਲ ਲਈ ਇਹ فاਸਲਾ 45x30 ਸੈਂਟੀਮੀਟਰ ਰੱਖਣਾ ਜ਼ਰੂਰੀ ਹੈ ਜੀ ਹਣ ਆਪਾਂ ਦੇਖਦੇ ਹਾਂ ਜੀ ਅੱਗੇ ਸਿੰਚਾਈ ਪਾਣੀ ਪਹਿਲਾਂ ਪਾਣੀ ਖੇਤ ਵਿੱਚ ਪਨੀਰੀ ਪੁੱਟ ਕੇ ਲਾਉਣ ਤੋਂ ਤੁਰੰਤ ਬਾਅਦ ਲਾਓ ਜੀ ਬਾਦ ਵਾਲੀਆਂ ਸਿੰਚਾਈਆਂ ਗਰਮੀ ਦੇ ਮੌਸਮ ਵਿੱਚ ਹਫਤੇ ਬਾਅਦ ਤੇ ਸਰਦੀ ਵਿੱਚ 10 ਤੋਂ 15 ਦਿਨਾਂ ਦੇ ਫਰਕ ਬਾਅਦ ਪਾਣੀ ਲਾਓ ਜੀ ਬਾਕੀ ਜ਼ਮੀਨ ਦੇ ਮੁਤਾਬਕ ਅਲੱਗ-ਅਲੱਗ ਦਿਨਾਂ ਦਾ ਫਰਕ ਪੈ ਸਕਦਾ ਜੀ 8 ਤੋਂ 12 ਇਹਨੂੰ ਪਾਣੀ ਲੱਗਦਾ ਸਾਰੇ ਖਾਦਾਂ ਜੀ 40 ਟਨ ਗੋਹੇ ਦੀ ਖਾਦ 50 ਕਿਲੋ ਨਾਈਟ੍ਰੋਜਨ 110 ਕਿਲੋ ਜੂਰੀਆ 25 ਕਿਲੋ ਫਾਸਫੋਰਸ 25 ਕਿਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦੀ ਹੈ ਜੀ ਇਹ ਚ ਕੀੜਾ ਇਹਦਾ 21g ਚਮਕੀਲੀ ਪਿੱਠ ਵਾਲਾ ਪਤੰਗਾ ਇਹ ਜਿਹੜੀ ਮੇਨ ਮੌਸਮ ਦੀ ਫਸਲ ਆ ਸਤੰਬਰ ਅਕਤੂਬਰ ਚ ਉਹਤੇ ਜਿਆਦਾ ਨੁਕਸਾਨ ਕਰਦਾ ਹੈ ਕੀਤੀ ਫੀਤੀ ਤੇ ਘਟ ਕਰਦਾ ਲੋੜ ਪੈਣ ਤੇ ਆਜ ਦੇ ਰੋਗ ਥਾਨ ਤੇ ਸਾਵਧਾਨੀਆਂ ਦੱਸੀਆਂ ਗਈਆਂ ਆ ਜੀ ਇਹਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਐਪ ਡਾਊਨਲੋਡ ਕਰਕੇ ਅੱਗੇ ਜੀ ਗੱਲ ਕੀਤੀ ਜਾਂਦੀ ਹੈ ਇਹਦੀਆਂ ਬਿਮਾਰੀਆਂ ਦੀ ਗੋਲ ੱੱਬੇ ਜੀ ਇੱਕ ਤਾਂ ਦੂਜੀ ਹੈ ਪੀਲੇ ੱੱਬੇ ਰੋਗ ਥਾਮ ਵੀ ਦੱਸੀ ਗਏ ਦੀ ਉੱਪਰ ਇਹਦੀਆਂ ਨਿਸ਼ਾਨੀਆਂ ਦੱਸੀਆਂ ਗਈਆਂ ਆ ਗੋਭੀ ਦੇ ਤਣੇ ਦਾ ਗਾਲਾ ਰੋਗ ਥਾਮ ਹੈ ਤੇ ਇਹਦੇ ਲੱਛਣ ਹੈ ਜੀ ਇੱਕ ਹੈ ਜੀ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਨੂੰ ਸਬਸਕ੍ਰਾਈਬ ਕਰੋਗੇ ਹੋਰ ਇਹ ਜੀਆਂ ਵੀਡੀਓ ਚਾਹੁੰਦੇ ਹੋ ਤਾਂ ਉਹ ਵੀ ਅਸੀਂ ਭੇਜਾਂਗੇ ਧੰਨਵਾਦੀ